ਮੈਂ ਬਹੁਤ ਆਸ਼ਕ ਮਜਾਜ ਹੀ ਰਹਿ ਜੀ ਸਕੂਲ ਤੋਂ ਮੈਨੂੰ ਪਹਿਲੀ ਦੂਜੀ 'ਚ ਹੀ ਲੱਗ ਗਿਆ ਸੀ ਪਤਾ ਵੀ ਕੋਈ ਇਸ਼ਕ ਨਾਮ ਦੀ ਕੋਈ ਚੀਜ਼ ਹੁੰਦੀ ਆ ਨਾ ਨਾ ਪੁੱਛੋ ਮੈਂ ਘਰੇ ਵੀ ਜਾਣਾ ਕਿਉਂ ਅਸੀਂ ਜਾਣਾ ਫਿਲਮ ਬਣਾਉਣੀ ਆ ਉੱਥੇ ਗਿਆ ਸੀ ਤੇ ਤੁਸੀਂ ਨਹੀਂ ਕਦੇ ਚਿੱਠੀਆਂ ਲਿਖੀਆਂ ਇਦਾਂ ਨਹੀਂ ਹੋ ਸਕਦਾ ਗਾਣੇ ਲਿਖਿਆ ਲਿਰਿਕਸ ਨਹੀਂ ਮੈਨੂੰ ਲੱਗਦਾ ਜਿਹੜੇ ਸਾਡੇ ਵਾਲੀ 'ਚ ਉਦੋਂ ਫੋਨ ਚੱਲ ਪਏ ਸੀ ਕਦੇ ਮਿਲਿਆ ਨਹੀਂ ਸੀ ਮੈਂ ਜਾਨੀ ਬਾਈ ਨੂੰ ਤੇ ਮੈਨੂੰ ਮੈਂ ਕਿਸੇ ਨਾਲ ਗੱਲ ਕਰੀ ਸੀ ਉਹ ਕਹਿੰਦੇ ਨਹੀਂ ਨਹੀਂ ਉਹ ਨਹੀਂ ਕਰਦਾ ਮਿਊਜ਼ਿਕ ਫਿਲਮਾਂ ਦੇ ਹੈ ਨਾ ਆਲਰੇਡੀ ਉਦੋਂ ਉਹ ਸਟਾਰ ਹੋ ਗਏ ਸੀ ਜਾਨੀ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਤੁਹਾਨੂੰ ਗਾਣਾ ਚਿਪਕਾਉਂਦਾ ਨੀਗਾ ਕਿ ਯਾਰ ਆਹ ਬਣ ਗਿਆ ਲੈ ਲਓ ਹੈ ਨਾ ਮੈਂ ਜੈਨੂਅਲੀ ਬਹੁਤ ਲੱਕੀ ਹਾਂ ਮਤਲਬ ਉਹਦੇ ਵਰਗੇ ਬੰਦੇ ਨੂੰ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਔਰ ਸਾਡੇ ਇੰਨੇ ਨੇੜੇ ਹੈ ਕਿਸਮਤ ਵਾਲੇ ਹਾਂ ਜੀ ਅਸੀਂ ਆਹੀ ਪੁੱਛਣਾ ਚਾਹਾਂਗੇ ਬਈ ਵੀ ਇੰਪ੍ਰੈਸ ਬਈ ਕਿਵੇਂ ਕਰਦੇ ਆ ਕੁੜੀਆਂ ਕੜੀਆਂ ਨੂੰ ਟਿਪਸ ਦੇਣੀਆਂ ਚਾਹੁੰਗੇ ਵੀ ਆਪਣੀ ਨੋਰਮਲ ਆਡੀਅੰਸ ਨੂੰ ਕੀ ਟਿਪਸ ਦੇਣੀਆਂ ਚਾਹੁੰਗੇ ਵੀ ਕਿਵੇਂ ਉਹ ਇੰਪ੍ਰੈਸ ਕਰ ਸਕਦੇ ਜਾਂ ਕਿਵੇਂ ਆਪਾਂ ਕੁੜੀ ਨੂੰ ਡੇਟ ਡੂਟ ਕਰਨ ਲਈ ਪੁੱਛੀਏ ਕੀ ਗੱਲਬਾਤ ਆ ਪਹਿਲਾਂ ਮੈਨੂੰ ਤਾਂ ਐਂ ਨਹੀਂ ਲੱਗਦਾ ਮੈਂ ਇੰਪ੍ਰੈਸ ਕਰਦਾ ਪਰ ਫਿਰ ਵੀ ਬਸ ਨਹੀਂ ਕਿਹਾ ਮੈਂ ਤਾਂ ਗਾ ਕੇ ਕਰਦਾ ਰਿਆਜ਼ ਕਰੋਗੇ ਮੈਂ ਤਾਨੀਆ ਮੈਡਮ ਤੋਂ ਆਹੀ ਪੁੱਛਣਾ ਚਾਹੂੰਗਾ ਵੀ ਮਤਲਬ ਵੀ ਤੁਹਾਡੇ ਹਸਬੈਂਡ ਦਾ ਜਾਂ ਬੋਏਫ੍ਰੈਂਡ ਮਤਲਬ ਕੀ ਦੇਖਦੇ ਹੋ ਉਹਦੇ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਸਵੀਟ ਹੋਣਾ ਚਾਹੀਦਾ ਮਤਲਬ ਪੋਲਾਈਟ ਵੇ 'ਚ ਬੋਲੇ ਜਾਂ ਮਤਲਬ ਕੀ ਤੁਸੀਂ ਕੀ ਦੇਖਦੇ ਹੋ ਵੀ ਕਿਹੋ ਜਿਹਾ ਹੋਵੇ ਉਹ ਮੁੰਡਾ ਪਹਿਲੀ ਚਿੱਠੀ ਸੀਗੀ ਤੇ ਉਹ ਉਹਨੇ ਛੱਤ ਤੇ ਹੀ ਮਤਲਬ ਡਾਇਰੀ 'ਚ ਦਿੱਤੀ ਸੀ ਮੈਂ ਉਹਦੀ ਡਾਇਰੀ 'ਚ ਪਾ ਦਿੱਤੀ ਸੀ ਚੈਟ ਕਰਦੇ ਹੁੰਦੇ ਸੀ ਹਨਾ ਕਿਤੇ ਨਾ ਕਿਤੇ ਮੈਂ ਫਿਰ ਗਾਣਾ ਜਿਹਾ ਲਿਖ ਕੇ ਭੇਜ ਦੇਣਾ ਵੀ ਇਹਦੇ ਸਾਰੀਆਂ ਗੱਲਾਂ ਆ ਜਾਣਗੀਆਂ ਤੇ ਜਦੋਂ ਵੀ ਮੈਂ ਤੁਰ ਕੇ ਜਾਣਾ ਜਿਵੇਂ ਪਾਣੀ ਪੀਣ ਜਾਣਾ ਡਾਂਸ ਰੂਮ ਤੋਂ ਪ੍ਰੈਕਟਿਸ ਤੇ ਛਨ ਛਨ ਕਰਦੇ ਨੇ ਜਾਣਾ ਉਹਨਾਂ ਨੇ ਨਾ ਬਾਰੀ 'ਚੋਂ ਆਏ ਆਏ ਕਰਕੇ ਵੇਖਦੇ ਹੋ ਨਾ ਵੀ ਅੰਦਰ ਡਾਂਸ ਦੀ ਪ੍ਰੈਕਟਿਸ ਕਰਦੇ ਮੈਨੂੰ ਟੀਚਰਸ ਨੇ ਕਹਿਣਾ ਕਿ ਤੂੰ ਗਾਣਾ ਸੁਣਾ ਫਿਰ ਮੈਨੂੰ ਹੋਣਾ ਕਿ ਮੈਂ ਉਹਦੇ ਲਈ ਗਾ ਰਿਹਾ ਅੱਛਾ ਵੈਸੇ ਮੈਂ ਸੱਚੀ ਦੱਸਾਂ ਇਹੋ ਜਿਹੀ ਆਸ਼ਕੀ ਕਿਸੇ ਨੇ ਕੀਤੀ ਨਹੀਂ